ਇਹ ਜਮਨਾ ਦਾ ਰੁੱਖ ਸੈਕਟਰ 18 ਇੰਡਸਟਰੀਅਲ ਟ੍ਰਿਬਿਊਨਲ ਦੀ ਕੈਂਪਸ ਦੇ ਵਿੱਚ, ਜਿਹਦੇ ਵਿੱਚ ਕੰਟਰੋਲਰ ਆਫ ਪੰਜਾਬ ਸਟੇਸ਼ਨਰੀ ਪ੍ਰਿੰਟਿੰਗ ਐਂਡ ਸਟੇਸ਼ਨਰੀ ਦਾ ਵੀ ਦਫ਼ਤਰ ਹੈ। ਆ ਗੁੱਛਿਆਂ ਦੇ ਗੁੱਛੇ ਲੱਗੇ ਨੇ ਅਤੇ ਲੀ ਕਾਰਬੂਜ਼ੀਅਰ ਨੇ ਜਦੋਂ ਇਹ ਚੀਜ਼ ਬਣਾਈ ਸੀ ਉਹਨੇ ਇੱਕ ਚੀਜ਼ ਆਪਣੇ ਮਨ ਵਿੱਚ ਬਿਠਾਈ ਸੀ ਕਿ ਇਹ ਜਿਹੜੀ ਹੈ ਰੁੱਖਾਂ ਦੀ ਜਿਰਾਂਦ ਗੁਰਬਾਣੀ ਤੋਂ ਭਾਵੇਂ ਉਹ ਦੂਰ ਸੀ ਲੇਕਿਨ ਗੁਰਬਾਣੀ ਪੜ੍ਹਦੇ ਸਿੱਖਾਂ ਨੇ ਉਹਨਾਂ ਨੂੰ ਸਮਝਾਇਆ ਵੀ ਰੁੱਖ ਸਾਡੇ ਲਈ ਬੜੀ ਮਹੱਤਤਾ ਅਤੇ ਅਹਿਮ ਰੱਖਦੇ ਨੇ ਸਥਾਨ। ਅਜਮਨ ਦੇਖੋ ਕਿੰਨੇ ਥੱਲੇ ਗਿਰੇ ਹੋਏ ਨੇ, ਮਿੱਠੇ ਮਿੱਠੇ ਵੱਡੇ ਵੱਡੇ ਇਹ ਰੁੱਖ ਭਾਵੇਂ ਫਲਦਾਰ ਸੀ ਅਤੇ ਭਾਵੇਂ ਕੋਈ ਸੀਗੇ, ਇਹਨਾਂ ਨੂੰ ਸਾਂਭ ਸੰਭਾਲ ਕੇ ਲੀ ਕਾਰਬੂਜ਼ੀਅਰ ਨੇ ਦਰਖਤਾਂ ਦੀ ਰੱਖਿਆ ਅਤੇ ਸੁਰੱਖਿਆ ਕੀਤੀ। ਆਹ ਦੇਖ ਲਓ, ਇਹ ਵੀ ਰੁੱਖ ਦੱਸ ਰਹੇ ਨੇ ਕਿ ਇਹਨਾਂ ਨੂੰ ਪਾਲਣ ਅਤੇ ਸੰਭਾਲਣ ਅਤੇ ਖੜ੍ਹੇ ਕਰਨ ਵਾਲੇ ਤੁਰ ਗਏ ਅਤੇ ਇਹ ਆਪਣੀ ਜਗ੍ਹਾ 'ਤੇ ਰੁੱਲ ਗਏ। ਕਿਵੇਂ ਰੁੱਲ ਗਏ? ਆਹ ਦੇਖ ਲਓ ਇਹਨਾਂ ਦਾ ਇੱਜ਼ਤ ਮਾਨ ਸਨਮਾਨ ਦਰਖਤਾਂ ਦਾ। ਬਾਬਾ ਬੋ ਅਤੇ ਇਹਦੇ ਉੱਤੇ ਕਿਸ ਤਰ੍ਹਾਂ ਦੀਆਂ ਜ਼ਿਆਦਤੀਆਂ ਅਤੇ ਜ਼ੁਲਮ ਹੋ ਰਹੇ ਨੇ ਅਤੇ ਇਹ ਜ਼ੁਲਮ ਸਹਿ ਕੇ ਵੀ ਲੀ ਕਾਰਬੂਜ਼ੀਅਰ ਦੀ ਜ਼ਾਮਨੀ ਨੂੰ ਭਰ ਰਹੇ ਨੇ ਅਤੇ ਅਗਾਂਹ ਤੋਂ ਅਗਾਂਹ ਕਰ ਰਹੇ ਨੇ ਕਿਉਂ ਅਤੇ ਕਿਸ ਤਰ੍ਹਾਂ ਅਤੇ ਕਿਸ ਹਿਸਾਬ ਨਾਲ ਇਹ ਚੱਲ ਰਹੇ ਨੇ। ਜਦੋਂ ਇਸ ਸ਼ਹਿਰ ਦੀ ਪਲੈਨਿੰਗ ਹੋਈ ਅਤੇ ਰੁੱਖਾਂ ਦਾ ਵੀ ਧਿਆਨ ਰੱਖਿਆ ਗਿਆ ਅਤੇ ਅੱਜ ਫਟਾਫਟ ਕਿਤੇ ਕੋਈ ਕੰਸਟਰਕਸ਼ਨ ਹੋਣੀ ਹੁੰਦੀ ਹੈ ਰੁੱਖਾਂ ਦੀ ਡਿਸਟਰਕਸ਼ਨ ਨਾਲ ਹੋ ਜਾਂਦੀ ਹੈ, ਕੱਟ ਵੱਟ ਅਤੇ ਵਢਾਈ ਨਾਲ ਹੋ ਜਾਂਦੀ ਹੈ। ਇਹ ਕੌਣ ਸਮਝਾਏ ਇਹਨਾਂ ਨੂੰ, ਆਪਣੇ ਅਕਲਮੰਦਾਂ ਨੂੰ? ਸੰਘਣੀ ਛਾਂ ਤੁਹਾਨੂੰ ਦਿੱਤੀ ਦਿਖਾ, ਇਮਾਰਤ ਦੀ ਤਾਮੀਰ ਵੀ ਹੋਈ ਹੈ, ਚੰਡੀਗੜ੍ਹ ਦੀ ਤਸਵੀਰ ਵੀ ਹੋਈ ਹੈ ਅਤੇ ਇਹਨਾਂ ਨੂੰ ਉਜਾੜਨ ਵਾਲਿਆਂ ਦੀ ਕੀ ਤਸਵੀਰ ਦਿਖਾਵਾਂ ਤੁਹਾਨੂੰ, ਕਿੱਥੇ ਕਿੱਥੇ ਲਿਜਾਵਾਂ ਤੁਹਾਨੂੰ, ਇਹ ਦੇਖ ਲਓ ਤੁਸੀਂ। ਫਿਰ ਕਹਿੰਦੇ ਪਰਾਇਆ ਵਰਨ ਬਦਲ ਗਿਆ, ਹਾਏ ਹੜ੍ਹ ਆ ਗਏ,
ਹਾਏ ਮਰ ਗਏ, ਗਰਮੀ 'ਚ ਮਰ ਗਏ, ਸਰਦੀ 'ਚ ਮਰ ਗਏ, ਹੜ੍ਹਾਂ 'ਚ ਰੜ ਗਏ ਅਤੇ ਕਿੱਥੇ ਕਿੱਥੇ ਹੜ੍ਹ ਗਏ। ਫਿਰ ਜੇ ਇਹ ਤਸਵੀਰ ਚੰਡੀਗੜ੍ਹ ਦੇ ਵਿੱਚ ਕਦੀ ਹੜ੍ਹ ਨਹੀਂ ਸੀ ਲਿਆਈ ਅਤੇ ਹੁਣ ਫਲੱਡ ਲਾਈਕ ਸਿਚੁਏਸ਼ਨ ਕਦੋਂ ਅਤੇ ਕਿਵੇਂ ਆਈ? ਮਿਊਂਸਪੈਲਿਟੀ ਚੰਡੀਗੜ੍ਹ ਜਿਹੜੀ ਮਿਊਂਸਪਲ ਕਾਰਪੋਰੇਸ਼ਨ ਹੈ ਉਹਦੀ ਸਥਾਪਨਾ ਤੋਂ ਬਾਅਦ ਕਿੰਨਾ ਕੁ ਸੁਧਾਰ ਹੋਇਆ, ਇਹ ਪੁੱਛਣ ਦਾ ਉਹਨਾਂ ਨੂੰ ਯਤਨ ਕਰਾਂਗੇ ਨਾਲੋ ਨਾਲ, ਅਤੇ ਕਰਾਂਗੇ ਗੱਲਾਂ ਕਿ ਕਿਵੇਂ ਹੋਈ ਦੁਨੀਆ ਹਾਲੋਂ ਬੇਹਾਲ। ਗੱਲਾਂ ਇੰਨੀਆਂ ਕੁ ਦੇ ਨਾਲ ਕਰਦਾ ਸਤਿ ਸ਼੍ਰੀ ਅਕਾਲ। ਐਡਵੋਕੇਟ ਜਗਮੋਹਨ ਸਿੰਘ ਭੱਟੀ ਯੂਟਿਊਬ ਚੈਨਲ ਦੀ ਇਸ ਭੇਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਸਬਸਕ੍ਰਾਈਬ ਕਰ ਦੇਣਾ, ਅਤੇ ਹੁਣ ਤੁਹਾਨੂੰ ਇੱਕ ਦਿਨ ਉੱਥੇ ਵੀ ਦਿਖਾਵਾਂਗੇ ਜਿੱਥੇ 13 ਬੂਟੇ ਅੰਬਾਂ ਦੇ ਸਨ, ਵੱਡੇ ਤੋਂ ਵੱਡੇ, ਸਾਲਾਂ ਦੇ ਸਾਲ ਉਹਨਾਂ ਨੇ ਫਲ ਦਿੱਤਾ, ਅਤੇ ਉੱਥੇ ਦੇ ਜਿਹੜੇ ਲੋਕ ਹੈ ਉਹ ਉਹਨਾਂ ਦੀ ਰੱਖਿਆ ਸੁਰੱਖਿਆ ਨਹੀਂ ਕਰ ਸਕੇ।